मंडिया च झोना पहुंच चुकिया है। 1 अक्तूबर तो शुरू होने वाली सरकारी खरीद के चलदिया किसान अपनी फसल लैके आ चुके ने ते हर पासे झोने के अंबार वेखे जा सकते ने। पर केंद्र सरकार के एक फैसले ने किसानों दियां परेशानियां एक बार मुड़ तो वधा दित्तियां ने। केंद्र सरकार वालों पंजाब अते हरियाणा च झोने की खरीद 10 दिन देरी दे नाल करन दे फैसले ने किसानों नूं इस सोचण दे लई मजबूर कर दिता है कि आखिर हुण अपनी फसल नूं 10 दिनों तक कित्थे रखण, किवें मौसम की मार तो अपनी फसलों नूं बचाउण। ਪਹਿਲਾਂ ਤਾਂ 1 ਤਰੀਕ ਨੂੰ ਕਹਿਤਾ ਸੀ, ਹੁਣ 11 ਨੂੰ ਕਹਿਤਾ ਹੈ ਅਤੇ ਹੁਣ ਇੱਥੇ ਪਿਆ 11 ਦਿਨ ਕਿੰਨਾ ਫਸਲ ਕੱਢਾਂਗੇ ਜੀ, ਕਿੱਦਾਂ ਸੰਭਾਲਾਂਗੇ? ਮੌਸਮ ਵੀ ਖਰਾਬੀ ਪਈ ਸਾਰੀ। ਇੱਥੋਂ ਵੇਖੋ ਜੀ 1650-1600 ਰੇਟ ਲੱਗ ਰਿਹਾ ਜੀ। ਸਰਕਾਰੀ ਕੀ ਰੇਟ ਹੈ? ਸਰਕਾਰੀ 1960 ਰੁਪਏ ਹੈ। 350 ਰੁਪਏ ਕੁਇੰਟਲ ਦਾ ਸਿੱਧਾ ਘਾਟਾ, ਇੰਨਾ ਘਾਟਾ ਪੈ ਰਿਹਾ ਜੀ। ਕੀ ਕਰਾਂਗੇ ਦੱਸੋ, ਚਾਰ ਚੁਫੇਰੇ ਮਾਰ ਬਾਹਰੋਂ ਪਹਿਲਾਂ ਰੀਝਾਂ ਨਾਲ ਪਾਲੀ ਹੁੰਦੀ ਹੈ, ਇੰਨੀ ਮਿਹਨਤ ਕੀਤੀ ਹੁੰਦੀ, ਇੱਥੇ ਆ ਕੇ ਮੁੱਲ ਨਹੀਂ ਪੈਂਦਾ, ਸਵੇਰ ਦੇ ਬੈਠੇ ਹੋਏ ਹਾਂ। ਕਿਸਾਨ ਤਾਂ ਇਹੋ ਉਡੀਕਦਾ ਸੀ ਵੀ 1 ਤਰੀਕ ਆਵੇ ਅਤੇ 1 ਤਰੀਕ 1 ਅਕਤੂਬਰ ਨੂੰ ਅਸੀਂ ਮਾਲ ਲੈ ਕੇ ਆਈਏ, ਪਰ ਅਜੇ ਤੱਕ ਉਸ ਰਾਤੀ ਸੁਨੇਹਾ ਆ ਗਿਆ ਵੀ 11 ਤਰੀਕ ਨੂੰ ਪਰਚੇਜ ਹੋਏਗੀ ਜੀ। ਸਾਰੀਆਂ ਮਾਰਕੀਟ ਕਮੇਟੀਆਂ ਨੇ ਕਿਹਾ 11 ਤਰੀਕ ਨੂੰ ਪਰਚੇਜ ਹੋ। ਕਿਸਾਨ ਤਾਂ ਲੁੱਟਿਆ ਜਾ ਰਿਹਾ। ਮੇਰੀ ਇਹੋ ਪੰਜਾਬ ਸਰਕਾਰ ਗੜੀ ਮੰਗ ਆ ਵੀ ਇਹਨੂੰ ਪਰਚੇਜ ਨੂੰ ਛੇਤੀ ਤੋਂ ਛੇਤੀ ਤੁਰੰਤ ਮਤਲਬ ਪਰਚੇਜ ਕਰਾਈ ਜਾਵੇ। ਸੈਂਟਰ ਸਰਕਾਰ ਦੀ ਇਹ ਮਾੜੀ ਨੀਤ ਹੈ ਵੀ ਤੁਹਾਨੂੰ ਪਤਾ ਪਿਛਲੇ ਲੰਮੇ ਸਮੇਂ ਤੋਂ ਹੀ ਕਿਸਾਨ ਮਤਲਬ ਅੰਦੋਲਨ ਕਰ ਰਹੇ ਆ। ਅੱਜ ਵੇਖੋ ਸਦੀਕ ਕਰ ਰਹੇ ਸੀ ਵੀ 1 ਅਕਤੂਬਰ ਨੂੰ ਜਿਹੜੀ ਆ ਪਰਚੇਜ ਜਿਹੜੀ ਆ ਪੈਡੀ ਦੀ ਸ਼ੁਰੂ ਹੋਣੀ ਆ, ਕਿਸਾਨ ਉਹਦੀ ਵੇਟ ਕਰਦੇ। ਅੱਜ ਮੰਡੀ ਦੇ ਵਿੱਚ 35-40 ਹਜ਼ਾਰ ਥੋੜ੍ਹਾ ਆ ਅਤੇ ਰਾਤੀ ਮੈਸੇਜ ਮਿਲ ਗਿਆ ਜੀ ਇਹ ਪਰਚੇਜ ਜਿਹੜੀ ਆ 10 ਤਰੀਕ ਨੂੰ 11 ਨੂੰ ਸ਼ੁਰੂ ਹੋ ਗਈ। ਹੁਣ 11 ਤੱਕ ਨਾ ਦੇ ਇਹ ਜਿਹੜੀ ਫਸਲ ਆ ਪੈਲੀਆਂ 'ਚ ਰੁਕ ਸਕਦੀ ਆ ਅਤੇ ਨਾ ਮੰਡੀ ਦੇ ਵਿੱਚ ਜਿਹੜੀ ਇਹ ਰੋਕੀ ਜਾ ਸਕਦੀ ਹੈ। ਸਰਕਾਰ ਨੂੰ ਚਾਹੀਦਾ ਵਾ ਅੱਜ ਦੀ ਤਰੀਕ ਜਿਹੜੀ ਹੈ ਪਰਚੇਜ ਸ਼ੁਰੂ ਕਰ। ਕੇਂਦਰ ਸਰਕਾਰ ਵੱਲੋਂ ਪੰਜਾਬ ਹਰਿਆਣਾ 'ਚ ਪਏ ਮੀਂਹ ਕਰਕੇ ਫਸਲ 'ਚ ਨਮੀ ਦੀ ਵੱਧ ਮਾਤਰਾ ਹੋਣ ਦਾ ਖਦਸ਼ਾ ਜਤਾਇਆ ਗਿਆ ਅਤੇ ਇਸੇ ਦੇ ਚਲਦਿਆਂ ਖਰੀਦ 'ਚ ਦੇਰੀ ਕੀਤੀ ਜਾ ਰਹੀ ਹੈ। ਪਰ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਕਿੰਨਾ ਭਾਰੀ ਪਏਗਾ, ਇਸ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੇਕਲਾ ਕਦਮ ਚੁੱਕਿਆ। ਉਹਨਾਂ ਸਰਕਾਰ ਦੇ ਫੈਸਲੇ ਦੇ ਵਿਰੋਧ ਵਜੋਂ ਮੰਡੀ ਤੋਂ ਝੋਨੇ ਦੀ ਭਰੀ ਟਰਾਲੀ ਲੈ ਕੇ ਚੰਡੀਗੜ੍ਹ ਸਥਿਤ FCI ਦੇ ਦਫ਼ਤਰ ਦਾ ਰੁਖ ਕੀਤਾ ਤਾਂ ਜੋ ਝੋਨੇ 'ਚ ਵੱਧ ਨਮੀ ਦਾ ਬਹਾਨਾ ਬਣਾ ਰਹੀ ਸਰਕਾਰ ਨੂੰ ਸਣੇ ਸਬੂਤ ਜਵਾਬ ਦਿੱਤਾ ਜਾ ਸਕੇ। ਆ ਮੋਇਸਚਰ ਜਿਹੜਾ ਇੱਥੇ ਆ 12.9 ਇੱਥੇ ਨਿਕਲਿਆ, 12.9 ਤੁਹਾਡੇ ਸਾਹਮਣੇ ਮੈਂ, ਤੁਸੀਂ ਸਾਰੇ ਮੈਜਰ ਕਰ ਸਕਦੇ ਹੋ, ਉੱਤੇ ਦੇਖੋ 12.9 ਮੋਇਸਚਰ ਹੈ। ਤੇ ਇਸੇ ਝੋਨੇ ਨੂੰ ਬਤੌਰ ਸੈਂਪਲ ਸੁਖਬੀਰ ਸਿੰਘ ਬਾਦਲ ਵੱਲੋਂ FCI ਦੇ ਅਧਿਕਾਰੀਆਂ ਨੂੰ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੋਂ ਜਲਦ ਖਰੀਦ ਸ਼ੁਰੂ ਕਰਵਾਉਣ ਨੂੰ ਲੈ ਕੇ ਮੰਗ ਪੱਤਰ ਵੀ ਸੌਂਪਿਆ। ਜਿਹੜਾ ਪੰਜਾਬ ਹਰਿਆਣੇ ਦਾ ਪ੍ਰੋਕਿਓਰਮੈਂਟ ਦਾ ਹੈੱਡਕੁਆਰਟਰ ਹੈ, ਉੱਥੇ DGM ਸਾਹਿਬ ਕੋਲ ਮੈਂ ਬੈਠਾ, ਉਹਨਾਂ ਨੂੰ ਪੰਜਾਬ ਦੀ ਮੰਡੀ 'ਚੋਂ ਝੋਨੇ ਦੀ ਫਸਲ ਇੱਕ ਟਰਾਲੀ ਲੈ ਕੇ ਆਇਆ। ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪਹਿਲੀ ਵਾਰ ਜ਼ਿੰਦਗੀ 'ਚ ਹੋਇਆ ਪ੍ਰੋਕਿਓਰਮੈਂਟ ਜਿਹੜੀ 1 ਤਰੀਕ ਨੂੰ ਸ਼ੁਰੂ ਹੋਣੀ ਸੀ ਉਹ 10 ਦਿਨ ਅੱਗੇ ਪਾਈ ਗਈ ਹੈ, ਕਿ ਆਈ ਕਹਿ ਕੇ ਕਿ ਮੋਇਸਚਰ ਲੈਵਲ ਜ਼ਿਆਦਾ ਹੈ। ਮੈਂ ਫਿਰ ਮੰਡੀਆਂ 'ਚੋਂ ਪਤਾ ਕਰਾਇਆ ਕਿ ਉੱਥੇ ਕੀ ਪੁੱਛਣਾ ਹੈ। ਹਰ ਮੰਡੀ 'ਚੋਂ ਮੈਨੂੰ ਖਬਰ ਆਈ ਹੈ ਕਿ ਹਜ਼ਾਰਾਂ ਕੁਇੰਟਲ ਝੋਨਾ ਲੋਕ ਆਪਣੇ ਕਿਸਾਨ ਵੀਰ ਮੰਡੀਆਂ ਲੈ ਆਏ, ਪਰ ਮੋਇਸਚਰ ਲੈਵਲ ਸਾਰਿਆਂ ਦਾ ਹੀ ਘੱਟ ਹੈ। ਫਿਰ ਮੈਂ ਹੁਣੀ ਸਵੇਰੇ ਟਰਾਲੀ ਮੰਗਾਈ, ਮੈਂ ਕਿਹਾ FCI ਦੇ ਦਫ਼ਤਰ ਲੈ ਕੇ ਆਵਾਂ ਅਤੇ ਇਹਨਾਂ ਨੂੰ ਆਪਣੇ ਆਪ ਦੱਸੀਏ ਕਿ ਹੈ ਕਿੰਨਾ ਮੋਇਸਚਰ ਲੈਵਲ। ਸੋ ਅਸੀਂ ਥੱਲੇ ਟਰਾਲੀ ਲੈ ਕੇ ਆਏ ਹਾਂ, ਮੈਂ ਚਾਹੁੰਦਾ ਕਿ FCI ਦੇ ਜਿਹੜੇ ਸਟਾਫ ਉੱਥੇ ਚੈੱਕ ਕਰ ਲੈਣ ਮੋਇਸਚਰ ਲੈਵਲ। ਮੋਇਸਚਰ ਅਸੀਂ ਹੁਣੀ ਚੈੱਕ ਕੀਤਾ, 12.9 ਮੋਇਸਚਰ ਲੈਵਲ ਹੈ, 17 ਦੀ ਰਿਕੁਆਇਰਮੈਂਟ ਹੈ। ਸੁਖਬੀਰ ਸਿੰਘ ਬਾਦਲ ਨੇ ਖਰੀਦ 'ਚ ਦੇਰੀ ਲਈ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਆਪਸੀ ਕਲੇਸ਼ ਕਰਕੇ ਸਰਕਾਰ ਖਰੀਦ ਦੀ ਤਿਆਰੀ ਨਹੀਂ ਕਰ ਸਕੀ, ਇਸ ਲਈ ਅਜਿਹਾ ਕਿਸਾਨ ਵਿਰੋਧੀ ਫੈਸਲਾ ਲਿਆ ਗਿਆ। ਅਸਲੀ ਗੱਲ ਕੀ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਲੜਾਈ ਦੀ ਬਲੀ ਦੇ ਦਿੱਤੀ ਕਿਸਾਨਾਂ 'ਤੇ। ਪਿਛਲੇ 15-20 ਦਿਨ ਕੁਰਸੀ ਦੀ ਲੜਾਈ ਲਈ ਹੈ, ਮੁੱਖ ਮੰਤਰੀ ਦੀ ਲੜਾਈ ਲੜੀ ਹੈ, ਮੰਤਰੀ ਬਣਨ ਦੀ ਲੜਾਈ ਲਈ ਹੈ, ਕਿਹਦੀ ਕਿੰਨੀ ਸ਼ਕਤੀ ਹੈ ਉਹਦੀ ਲੜਾਈ ਲਈ ਹੈ। ਨਾ ਬਾਰਦਾਨਾ ਲਿਆਂਦਾ, ਨਾ ਲਿਫਟਿੰਗ ਵਾਸਤੇ ਟੈਂਡਰ ਹੋਏ ਆ ਕਿ ਝੋਨਾ ਕਿਵੇਂ ਚੱਕਿਆ ਜਾਊਗਾ। ਸੋ ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ
उन्होंने 10 दिन अगे पवाती कि मॉइस्चर लेवल गर्मी इन्नी है बाहर खड़े नहीं जाता मॉइस्चर तो ता होगा ना जे इत्थे मौसम दूजा हो। केंद्र सरकार दे इस फैसले का विरोध किसान जथेबंदियों वालों भी किया जा रहा है। जाहिर है कि अपनी फसल कट चुके किसानों लई उस नूं खुले आसमान हेठ रखना भी खतरे तो खाली नहीं है। अजिहे च वड्डा सवाल यही है कि जेकर इन्ने दिनों च मंडियों च पहुँच चुकी फसल नूं कोई नुकसान हुंदा है तां की केंद्र जां फिर पंजाब सरकार उसकी जिम्मेवारी लेगी। जे केंद्र सरकार ने खरीद च देरी का फैसला लेना सी तां फिर किसानों नूं पहला ही जानकारी क्यों ना दी गई। खरीद शुरू होने तो महज एक दिन पहला जेकर फैसला लिया गया है तो मंडिया झोने की संभाल के कोई इंतजाम क्यों नहीं किए गए। इन्होंने सारे सवालों के जवाब किसान मांग रहे हैं, उड़ीक कर रहे हैं कि छेती तो छेती उन्होंने फसल चुकी जाए ता जो उन्होंने थोड़ी राहत मिल सके। ब्यूरो रिपोर्ट, PTC न्यूज़।